ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਕਰਤਾਰਪੁਰ ਲਾਂਘੇ ਦੀ ਜ਼ਮੀਨ ਬਦਲੇ ਭਾਰਤ ਦੀ ਜ਼ਮੀਨ ਦਾ ਕੁਝ ਹਿੱਸਾ ਪਾਕਿਸਤਾਨ ਨੂੰ ਦੇਣ ਦੀ ਮੰਗ ਨੂੰ ਪਾਕਿਸਤਾਨ ਨੇ ਠੁਕਰਾ ਦਿੱਤਾ। ਇਸ ਸੰਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਕਰਤਾਰਪੁਰ ਸੰਬੰਧੀ ਜ਼ਮੀਨ ਦੀ ਭਾਰਤ ਨਾਲ ਅਦਲਾ ਬਦਲੀ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਜ਼ਾ ਫ੍ਰੀ ਕਰਤਾਰਪੁਰ ਲਾਂਘਾ ਬਣਾਇਆ ਜਾ ਰਿਹਾ। ਐਬਸੋਲੂਟਲੀ ਨਾਟ, ਦੀ ਕੁਐਸਚਨ ਡਸ ਨਾਟ ਅਰਾਈਜ਼। ਇਟ ਇਜ਼ ਏ ਜੈਸਚਰ ਫੋਰ ਦੀ ਸਿੱਖ ਮਾਈਨੋਰਿਟੀ ਕਮਿਊਨਿਟੀ ਮੇਡ ਔਨ ਦੇਅਰ ਰਿਕੁਐਸਟ ਟੂ ਪ੍ਰੋਵਾਈਡ ਏ ਵੀਜ਼ਾ ਫ੍ਰੀ ਕੋਰੀਡੋਰ ਟੂ ਫੈਸਿਲਿਟੇਟ ਦੇਅਰ ਵਿਜ਼ਿਟ ਟੂ ਏ ਰਿਲੀਜੀਅਸ ਸ਼੍ਰਾਈਨ ਆਫ ਇੰਪੋਰਟੈਂਸ ਟੂ ਥੈਮ ਸਰ। ਜਦਕਿ ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਨੂੰ ਕੋਰੀਡੋਰ ਦਾ ਪਾਕਿਸਤਾਨ ਵਾਲਾ ਹਿੱਸਾ ਬਣਾਉਣ ਦੇ ਦਾਅਵਿਆਂ ਨੂੰ ਪੂਰਾ ਕਰਨ ਦੀ ਤਾਕੀਦ ਕੀਤੀ ਹੈ। ਨਹੀਂ, ਕਰਤਾਰਪੁਰ ਪੇ ਜੋ ਹਮਾਰਾ ਬਿਆਨ ਪਹਿਲੇ ਵੀ ਹਮਨੇ ਦਿਆ ਹੁਆ ਹੈ ਕਿ ਕਿਸ ਢੰਗ ਸੇ ਇਹ ਸ਼ੁਰੂ ਹੁਆ ਔਰ ਹਮਨੇ ਕਹਾ ਥਾ ਕਿ ਕੈਬਿਨੇਟ ਕੀ ਮੀਟਿੰਗ ਕੇ ਬਾਅਦ ਇਹ ਡਿਸਾਈਡ ਹੁਆ ਔਰ ਹਮਨੇ ਪਾਕਿਸਤਾਨ ਕੋ ਅਰਜ ਵੀ ਕੀਆ ਕਿ ਆਪ ਕਰਤਾਰਪੁਰ ਕਾ ਕੋਰੀਡੋਰ ਕਾ ਇਨਫਰਾਸਟ੍ਰਕਚਰ ਤਿਆਰ ਕਰੇਂ ਔਰ ਇਹ ਪਰਮਿਸ਼ਨ ਦੇ ਇੰਡੀਅਨ ਪਿਲਗ੍ਰਿਮਸ ਕੋ ਉਸ ਤਰਫ ਜਾਣੇ ਕੇ ਲੀਏ। ਉਸਕੇ ਬਾਅਦ ਜੋ ਹੁਆ ਆਪ ਕੋ ਸਭ ਕੋ ਪਤਾ ਹੈ, ਯਹਾਂ ਸੇ ਕੁਛ ਲੋਕ ਗਏ ਥੇ, ਵਹਾਂ ਸੇ ਕੁਛ ਕਮੈਂਟਸ ਵੀ ਆਏ, तो इसमें अब ज़्यादा बोलने की ज़रूरत नहीं है। मुझे लगता है कि जो उनका मंशा था ये इसको इस चीज़ को करने का, उसमें मतलब साफ नीयत नहीं थी उस समय, और जो उनके कुछ बयानों से हमें प्रतीत हुआ, हम अभी यही गुजारिश करेंगे कि जो उन्होंने कमिटमेंट की है कि अपने तरफ वो इंफ्रास्ट्रक्चर डेवलपमेंट करेंगे वो करें, ਹਮਾਰੀ ਤਰਫ ਜੋ ਕੰਮ ਕਰਨਾ ਹੈ, ਜੋ ਹਮਾਰੇ ਨੋਡਲ ਮਿਨਿਸਟਰੀਜ਼ ਹੈ, ਉਹ ਹਮਾਰੀ ਤਰਫ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਅਸੈਂਬਲੀ ਨੇ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ਨੂੰ ਦਿੱਤਾ ਜਾਵੇ ਅਤੇ ਇਸ ਬਦਲੇ ਭਾਰਤੀ ਹਿੱਸੇ ਦੀ ਕੁਝ ਜ਼ਮੀਨ ਪਾਕਿਸਤਾਨ ਨੂੰ ਦੇ ਦਿੱਤੀ ਜਾਵੇ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਪ੍ਰਪੋਜ਼ਲ ਬਣਾ ਕੇ ਕੇਂਦਰ ਸਰਕਾਰ ਨੂੰ ਵੀ ਭੇਜਿਆ ਜਾਣਾ ਸੀ, ਜਿਸ ਦੇ ਮੁਤਾਬਕ ਭਾਰਤ ਦੇ 11,000 ਏਕੜ ਜ਼ਮੀਨ ਬਦਲੇ ਪਾਕਿਸਤਾਨ ਤੋਂ ਰਾਵੀ ਕੰਢੇ ਵਾਲੀ ਕਰਤਾਰਪੁਰ ਸਾਹਿਬ ਦੀ ਜ਼ਮੀਨ ਲੈਣ ਬਾਰੇ ਭੇਜਿਆ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਆਪਣਾ ਪੱਖ ਸਾਫ਼ ਕਰ ਦਿੱਤਾ ਗਿਆ। ਬਿਊਰੋ ਰਿਪੋਰਟ।